ਮੋਰਚੇ ਪ੍ਰਾਰੰਭ ਕਰਨੇ ਅਤੇ ਉਹਨਾਂ ਨੂੰ ਪੂਰਨ ਤੌਰ ਤੇ ਪ੍ਰਾਪਤੀ ਤੱਕ ਲੈ ਕੇ ਜਾਣਾ ਸਫਲਤਾਪੂਰਵਕ ਲੈ ਕੇ ਜਾਣਾ ਚਲਾਉਣਾ ਉਹਦੇ ਵਿੱਚ ਪੂਰਨ ਸਫਲਤਾ ਹਾਸਲ ਕਰਨੀ ਸ਼ਾਇਦ ਇਹ ਗੱਲ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਾਣ ਤੋਂ ਬਾਅਦ ਸਿੱਖ ਕੌਮ ਦੇ ਪੰਜਾਬੀਆਂ ਦੇ ਹਿੱਸੇ ਨਹੀਂ ਆਈ ਜਿਸ ਦਾ ਸਭ ਤੋਂ ਵੱਡਾ ਇੱਕੋ ਇੱਕ ਕਾਰਨ ਨਜ਼ਰ ਆਉਂਦਾ ਹੈ ਏਕਤਾ ਇਤਿਫਾਕ ਦੀ ਘਾਟ ਏਕਤਾ ਇਤਿਫਾਕ ਦੀ ਘਾਟ ਕਰਕੇ ਪੰਜਾਬੀਆਂ ਨੇ ਕੁਰਬਾਨੀਆਂ ਤੇ ਬਹੁਤ ਦਿੱਤੀਆਂ ਨੇ ਲੇਕਿਨ ਪੂਰਨ ਤੌਰ ਤੇ ਸਫਲਤਾ ਅਤੇ ਪ੍ਰਾਪਤੀ ਨਹੀਂ ਕਰ پا ਰਹੇ 31 ਕਿਸਾਨ ਯੂਨੀਅਨਾਂ ਦੇ ਨਾਲ ਸਿੰਗਰਾਂ ਨੇ ਕਲਾਕਾਰਾਂ ਨੇ ਜਿਹੜਾ ਜੋਸ਼ ਵਿਖਾਇਆ ਸੀ ਪਿਛਲੇ ਦਿਨੀ ਸ਼ੰਭੂ ਮੋਰਚੇ ਦੇ ਉੱਤੇ ਥਾਂ ਥਾਂ ਤੇ ਉਸ ਨੂੰ ਦੇਖ ਕੇ ਲੱਗਦਾ ਸੀ ਵੀ ਪੰਜਾਬੀ ਇਸ ਵਾਰ ਜ਼ਰੂਰ ਆਪਣਾ ਹੱਕ ਲੈ ਕੇ ਰਹਿਣਗੇ ਪਰ ਆ ਚਾਰ ਤਰੀਕ ਦਾ 4 ਅਕਤੂਬਰ ਦਾ ਸ਼ੰਭੂ ਮੋਰਚਾ ਇਸ ਗੱਲ ਦਾ ਸਬੂਤ ਹੈ ਵੀ ਹੁਣ ਥੋੜੇ ਦਿਨ ਹੀ ਹੋਰ ਇਹ ਉਸੇ ਤਰ੍ਹਾਂ ਹੀ ਖਿੱਲਰ ਜਾਣਗੇ ਵੰਡੇ ਜਾਣਗੇ ਖਰੀਦੇ ਜਾਣਗੇ ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਇੱਕੋ ਗੱਲ ਮਹਿਸੂਸ ਹੁੰਦੀ ਹੈ ਕਿ ਹਰ ਵਾਰ ਦੀ ਤਰ੍ਹਾਂ ਇਨ੍ਹਾਂ ਮੋਰਚਿਆਂ ਦੇ ਵਿੱਚੋਂ ਵੀ ਰਾਜਨੀਤਿਕ ਲਾਹੇ ਹੀ ਪ੍ਰਾਪਤ ਹੋਣਗੇ ਪਾਰਟੀਆਂ ਨੂੰ ਪਾਰਟੀਆਂ ਆਪਣੇ ਰਾਜਨੀਤਿਕ ਲਾਭ ਤੇ ਜ਼ਰੂਰ ਲੈ ਜਾਣਗੀਆਂ ਲੇਕਿਨ ਕਿਸਾਨ ਦੇ ਉੱਤੇ ਇਹਦਾ ਕੋਈ ਅਸਰ ਨਹੀਂ ਹੋਵੇਗਾ ਕਿਸਾਨ ਖੱਜਲ ਖੁਆਰ ਹੋ ਕੇ ਥੋੜੇ ਦਿਨਾਂ ਤੱਕ ਤੇ ਫਿਰ ਥੱਕ ہار ਕੇ ਆਪੋ ਆਪਣੇ ਘਰਾਂ ਵਿੱਚ ਬਹਿ ਜਾਣਗੇ ਜਿਸ ਦਾ ਸਭ ਤੋਂ ਬੁਰਾ ਅਸਰ ਕਿਸਾਨ ਮਜ਼ਦੂਰ ਕਮਜ਼ੋਰ ਦਲਿਤ ਵਰਗ ਜੋ ਪਿੰਡਾਂ ਦੇ ਵਿੱਚ ਰਹਿੰਦਾ ਹੈ ਉਦੇ ਉੱਤੇ ਹੋਣ ਵਾਲਾ ਸੋ ਇਸ ਕਰਕੇ ਜੇ ਆਪਣੇ ਹੱਕ ਲੈਣੇ ਨੇ ਆਪਣੇ ਭਵਿੱਖ ਨੂੰ ਸਵਾਰਨਾ ਹੈ ਤੇ ਇੱਕੋ ਇੱਕ ਹੱਲ ਹੈ ਏਕਤਾ ਇਤਿਫਾਕ ਅਗਰ ਏਕਤਾ ਇਤਿਫਾਕ ਕਿਸਾਨ ਮਜ਼ਦੂਰ ਕਮਜ਼ੋਰ ਦਲਿਤ ਵਰਗ ਜਿਹੜਾ ਹੈ ਉਹ ਬਣਾ ਕੇ ਰੱਖੇਗਾ ਚਾਹੇ ਕਿਸੇ ਵੀ ਜਾਤੀ ਦਾ ਹੋਵੇ ਕਿਸੇ ਵੀ ਵਰਗ ਦਾ ਹੋਵੇ ਕਿਸੇ ਵੀ ਸਮੁਦਾਏ ਦਾ ਹੋਵੇ ਤੇ ਆਪਣੇ ਹੱਕ ਪ੍ਰਾਪਤ ਕਰ ਸਕਦੇ ਹਾਂ ਜੇ ਏਕਤਾ ਚਲੀ ਗਈ ਇਤਿਫਾਕ ਨਾ ਰਿਹਾ ਤੇ ਇਸੇ ਤਰ੍ਹਾਂ ਹੀ ਖੱਜਲ ਖੁਆਰੀਆਂ ਹਾਸਲ ਹੋਣਗੀਆਂ ਕਦੇ ਵੀ ਮਕਸਦ ਪੂਰੇ ਨਹੀਂ ਹੋਣਗੇ ਕਦੇ ਵੀ ਪ੍ਰਾਪਤੀ ਨਹੀਂ ਹੋਵੇਗੀ ਅੱਜ ਵੀ ਕਿਸਾਨ ਤੇ ਕਮੇਰਾ ਵਰਗ ਦਿਹਾੜੀਦਾਰ ਮਜ਼ਦੂਰ ਵਕਤ ਦਾ ਹਾਣੀ ਨਹੀਂ ਹੋ ਸਕਿਆ ਉਹ ਟੈਕਨੀਕ ਨੂੰ ਉਹ ਪਾਲਿਸੀਆਂ ਨੂੰ ਨਹੀਂ ਚੰਗੀ ਤਰ੍ਹਾਂ ਸਮਝ پا ਰਿਹਾ ਇਸ ਕਰਕੇ ਜਿਹੜੇ ਕਲਾਕਾਰ ਜਿਹੜੇ ਅਦਾਕਾਰ ਜਿਹੜੇ ਗਾਇਕ ਪੰਜਾਬ ਤੇ ਪੰਜਾਬੀਅਤ ਦਾ ਦਰਦ ਰੱਖਦੇ ਹੋਏ ਇਸ ਮੋਰਚੇ ਦਾ ਹਿੱਸਾ ਬਣ ਰਹੇ ਨੇ ਕਿਸਾਨ ਸੰਘਰਸ਼ ਦਾ ਹਿੱਸਾ ਬਣ ਰਹੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਜਿਸ ਹਿੰਮਤ ਦੇ ਨਾਲ ਜਿਸ ਜੋਸ਼ ਦੇ ਨਾਲ ਜਿਸ ਤਾਕਤ ਦੇ ਨਾਲ ਤੁਸੀਂ ਸਮਾਜ ਵਿੱਚ ਬਾਹਰ ਆਇਓ ਉਸੇ ਤਾਕਤ ਉਸੇ ਹੌਂਸਲੇ ਉਸੇ ਹਿੰਮਤ ਨੂੰ ਬਰਕਰਾਰ ਰੱਖਦੇ ਹੋਏ ਅਖੀਰਲੇ ਸਵਾਸਾਂ ਤੱਕ ਕਿਸਾਨ ਮਜ਼ਦੂਰ ਕਮੇਰੇ ਵਰਗ ਦਾ ਸਾਥ ਵੀ ਦਿਓ ਦੇਖਿਓ ਕਿਤੇ ਸੜਕਾਂ ਤੇ ਰੋਲ ਕੇ ਮੋਰਚਿਆਂ ਵਿੱਚ ਡੰਗਾ ਮਰਵਾ ਕੇ ਇਹਨਾਂ ਦਾ ਸਾਥ ਨਾ ਛੱਡ ਦਿਓ ਅਰਦਾਸ ਹੈ ਪ੍ਰਮਾਤਮਾ ਸਤਿਗੁਰੂ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਕਿਸਾਨ ਮਜ਼ਦੂਰ ਕਮੇਰੇ ਵਰਗ ਦੇ ਸਿਰ ਤੇ ਹੱਥ ਰੱਖਿਓ ਇਹਨਾਂ ਨੂੰ ਇਹਨਾਂ ਦੀਆਂ ਮਿਹਨਤਾਂ ਦੇ ਹੱਕ ਮਿਲਣ ਇਹਨਾਂ ਦੇ ਪਰਿਵਾਰਾਂ ਵਿੱਚ ਵੀ ਖੁਸ਼ਹਾਲੀ ਆਵੇ ਇਹਨਾਂ ਦੇ ਪਰਿਵਾਰਾਂ ਦੇ ਵਿੱਚ ਵੀ ਇਹਨਾਂ ਨੂੰ ਬਣਦੀਆਂ ਸਹੂਲਤਾਂ ਪ੍ਰਾਪਤ ਹੋ ਸਕਣ ਐਸੀ ਕਿਰਪਾ ਕਰਿਓ